ਰੂਲਾਂ ਦੇ ਮੁਤਾਬਿਕ ਇਹਨਾਂ ਨੇ ਆਉਣਾ ਸੀ। ਰੂਲ ਪ੍ਰੋਵਾਈਡਸ ਕਿ ਬਈ 3 ਸਾਲ ਦੇ ਲਈ ਤੁਸੀਂ 10-300 ਦੇ ਹਿਸਾਬ ਨਾਲ ਤੁਸੀਂ ਕਰਨਾ, ਪਰ ਉੱਥੇ ਵੀ ਕੈਬਨਿਟ ਨੇ ਅਪਰੂਵ ਕਰ ਦਿੱਤਾ। ਮਾਨਯੋਗ ਮੰਤਰੀ ਜੀ ਨੇ ਉੱਥੇ ਰਿਕੁਐਸਟ ਵੀ ਕੀਤੀ ਕਿ ਇਹਨਾਂ ਨੂੰ 5000 ਗ੍ਰੇਡ ਪੇ ਇਹਨਾਂ ਨੂੰ ਹੋਰ ਦੇ ਦਿੱਤੀ ਜਾਏ, ਉਹ ਗ੍ਰੇਡ ਪੇ ਇਹਨਾਂ ਨੂੰ ਦੇ ਦਿੱਤੀ ਹੁਣ। ਹੁਣ ਇਹਨਾਂ ਨੂੰ 15-300 ਮਿਲ ਗਿਆ, ਜੋ ਕਿ ਕਿਸੇ ਕੈਟੇਗਰੀ ਨੂੰ ਹੋਰ ਨੂੰ ਸ਼ਾਇਦ ਨਹੀਂ ਹੈ ਮੇਰੀ ਜਾਣਕਾਰੀ ਮੁਤਾਬਿਕ। ਅਬ ਇਸ ਫਿਰ ਇਹਨਾਂ ਨੂੰ ਜੋ ਸੀਨੀਓਰਟੀ ਜਿਹੜੀ ਦਿੱਤੀ ਹੈ ਉਹ 1 ਅਪ੍ਰੈਲ 2018 ਤੋਂ ਦਿੱਤੀ ਹੈ, ਜਿਹਦਾ ਕਿ ਆਲਰੇਡੀ 6 ਮਹੀਨੇ ਉਹਦੇ ਜਾ ਚੁੱਕਿਆ। ਇਤਨਾ ਸਾਰਾ ਸਭ ਕੁਛ ਦੇਣ ਤੋਂ ਬਾਅਦ ਫਿਰ ਆਪਸ਼ਨ ਦਿੱਤਾ ਹੈ ਇਹ ਸੈਲਰੀ ਜੋ ਰਿਡਿਊਸ ਕਰਨ ਦੀ, ਜੋ ਇੱਕ ਗੱਲ ਹੈ ਕਿ ਕੈਂਪੇਨ ਜੋ ਮਿਸ ਕੈਂਪੇਨ ਅਨਫੋਰਚੁਨੇਟਲੀ ਜੋ ਫੈਲਾਇਆ ਜਾ ਰਿਹਾ ਉਹ ਠੀਕ ਨਹੀਂ ਹੈ। ਸੈਲਰੀ ਰਿਡਿਊਸ ਨਹੀਂ ਕੀਤੀ ਜਾ ਰਹੀ, ਜੋ ਲੋਕ ਰੈਗੂਲਰ ਹੋ ਰਹੇ ਉਹ ਇਸ ਸੈਲਰੀ 'ਤੇ ਆ ਰਹੇ, ਉਹਨਾਂ ਦੀ ਜਿਹੜੀ ਸੀਨੀਓਰਟੀ ਹੈ ਡਿਪਾਰਟਮੈਂਟ ਦੇ ਵਿੱਚ ਉਹ ਲਾਗੂ ਹੋ ਰਹੀ ਹੈ, ਉਹ 1-4-2018 ਤੋਂ ਲਾਗੂ ਹੈ। ਉਹਨਾਂ ਦਾ ਨਾਮ ਰਜਿਸਟਰ ਦੇ ਵਿੱਚ 1-4-2018 ਤੋਂ ਹੈ, ਉਸ ਤੋਂ ਪਹਿਲਾਂ ਦਾ ਨਾਮ ਹੈ ਨਹੀਂ। ਉਹਨਾਂ ਦੀ ਸੈਲਰੀ ਉਹਨਾਂ ਦੀ ਰਿਡਿਊਸ ਨਹੀਂ, ਜੋ ਸਰਕਾਰੀ ਰਜਿਸਟਰ ਹੈ ਸਰਕਾਰੀ ਰਜਿਸਟਰ ਦੇ ਵਿੱਚ ਜਦੋਂ ਇਹਨਾਂ ਦਾ ਨਾਮ ਹੈ, ਨਾਮ ਦੇ ਅੱਗੇ ਜੋ ਸੈਲਰੀ ਲਿਖੀ ਜਾ ਰਹੀ ਉਹ ਸੈਲਰੀ ਹੀ ਹੈ। ਰਿਡਿਊਸ ਤਾਂ ਹੁੰਦੀ ਹੈ ਜੇ ਕਿਸੇ ਦੀ ਪਹਿਲਾਂ ਕੋਈ ਸੈਲਰੀ ਹੋਵੇ। ਸੋਸਾਇਟੀਆਂ ਦੇ ਵਿੱਚ ਉਹ ਬਿਲਕੁਲ ਆਰਾਮ ਨਾਲ ਰਹਿਣ, ਕੋਈ ਗੱਲ ਨਹੀਂ ਹੈ। ਸੋਸਾਇਟੀਆਂ ਦੇ ਵਿੱਚ ਸਰਕਾਰ ਦੀ ਕਮਿਟਮੈਂਟ ਜੋ ਹੈ ਉਹ ਇਹ ਹੈ ਕਿ ਠੀਕ ਹੈ ਸੈਲਰੀ ਰਿਡਿਊਸ ਨਹੀਂ ਹੋਗੀ ਸੋਸਾਇਟੀਆਂ ਦੇ ਵਿੱਚ ਜੇ ਤੁਸੀਂ ਰਹਿਣਾ ਹੈ। ਫਿਰ ਇਹਨਾਂ ਦੀ ਰਿਕੁਐਸਟ ਦੇ ਵਿੱਚ ਕੀਤਾ ਹੈ, ਔਰ ਭਾਰਤ ਸਰਕਾਰ ਨੇ ਵੀ ਜੋ ਇਹਨਾਂ ਦੀ ਜੋ ਜਿਵੇਂ ਕਿ ਮੰਤਰੀ ਜੀ ਨੇ ਹੁਣੀ ਦੱਸਿਆ ਹੈ ਕਿ ਉੱਥੇ ਉਹਨਾਂ ਨੇ ਨੋਮ ਫਿਕਸ ਕਰ ਦਿੱਤੇ ਹੈ, ਐਤਕੀ ਸਾਰੀ ਸਟੇਟਾਂ ਦੇ ਲਈ ਨੋਮ ਫਿਕਸ ਕੀਤੇ ਹੈ ਟੀਚਰਸ ਦੇ। ਪਹਿਲਾਂ ਉਹ ਪੂਰੀ ਸੈਲਰੀ ਐਗਰੀ ਕਰਦੇ ਸੀ, ਔਰ ਜਦੋਂ ਤੋਂ ਪ੍ਰੋਗਰਾਮ ਚੱਲਿਆ ਉਦੋਂ ਤੋਂ ਭਾਰਤ ਸਰਕਾਰ ਤੋਂ ਹਮੇਸ਼ਾ ਸੈਲਰੀ ਅਪਰੂਵ ਹੁੰਦੀ ਰਹੀ ਹੈ, ਪਰ ਇਹ ਸੈਲਰੀ ਐਤਕੀ ਜੋ ਹੈ ਉਹਨਾਂ ਨੇ ਆਪਣੇ ਆਪ ਜੋ ਹੈ ਸਾਰੀ ਸਟੇਟਾਂ ਦੀ ਕੀਤੀ, ਅਸੀਂ ਇਹ ਨਹੀਂ ਕਹਿੰਦੇ ਪੰਜਾਬ ਦੀ ਕੀਤੀ ਹੈ, ਸਾਰੀ ਸਟੇਟਾਂ ਦੀ ਕੀਤੀ ਹੈ। 15000 ਕਿਸੇ ਕੈਟੇਗਰੀ ਦੀ ਕੀਤੀ ਹੈ, ਕਿਸੇ ਕੈਟੇਗਰੀ ਦੀ 20000 ਵੀ ਕੀਤੀ ਹੈ, ਉਹ ਸਾਰੀ ਡਿਟੇਲਸ ਹੈਗੀਆਂ। ਤੋ ਸਰਕਾਰ ਨੇ ਤਾਂ ਫਿਰ ਵੀ ਰਿਡਿਊਸ ਨਹੀਂ ਕੀਤੀ, ਪੰਜਾਬ ਸਰਕਾਰ ਨੇ ਉਸਦੇ ਬਾਵਜੂਦ ਵੀ ਇਹਨਾਂ ਦੀ ਸੈਲਰੀ ਰਿਡਿਊਸ ਨਹੀਂ ਕੀਤੀ। ਇਹ ਸੋਸਾਇਟੀਆਂ 'ਚ ਹੈ, ਠੀਕ ਹੈ ਉੱਥੇ ਰਹਿਣ, ਪਰ ਗੱਲ ਇਹ ਹੈ ਕਿ ਇਹਨਾਂ ਨੂੰ ਇੱਕ ਆਪਸ਼ਨ ਦਿੱਤਾ, ਉਹ ਵੀ ਇਹਨਾਂ ਦੀ ਰਿਕੁਐਸਟ ਦਿੱਤਾ, ਤੋ ਇਹਦੇ ਵਿੱਚ ਕੋਈ ਕਿਸੇ ਦਾ ਨੁਕਸਾਨ ਨਹੀਂ। ਸਰ ਸਵਾਲ ਹੈ ਕਿ ਉਹ ਇਹ ਕਹਿ ਰਹੇ ਨੇ ਕਿ ਅਗਰ ਰੈਗੂਲਰ ਨਹੀਂ ਹੁੰਦੇ ਤੇ ਜਿਹੜੇ ਹੀ ਸੋਸਾਇਟੀਆਂ ਦੇ ਥਰੂ ਉਹ ਕੰਮ ਕਰ ਰਹੇ ਨੇ ਤੇ ਸਰਕਾਰ ਹੈ ਉਹਨ ਸੋਸਾਇਟੀਆਂ ਦਾ ਉਹਨਾਂ ਨੂੰ ਉਹ ਅੱਗੇ ਕੰਮ ਕਰਨ ਨਹੀਂ ਦੇਗੀ, ਉਹਨਾਂ ਨੂੰ ਐਡਜਸਟ ਕਰਤਾ ਜਾਏਗਾ। ਨੋ 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 ਇਹ ਉਹ ਗਲਤ ਮਿਸ ਕਰ ਕਰ ਗਿਆ, ਇਹੋ ਮਿਸ ਕਰ ਇਹਨਾਂ ਨੂੰ ਕਰ ਰਹੇ ਨੇ। ਉੱਥੇ ਕੰਮ ਕਰਦੇ ਰਹਿਣ, ਉਹ ਆਪਣੀ ਤਨਖਾਹ ਲੈਂਦੇ ਰਹਿਣ, ਬਤਾਲੀ ਜਾ ਲੈਂਦੇ ਰਹਿਣ, ਅਸੀਂ ਤਾਂ ਉਹਨਾਂ ਦੀ ਘੱਟ ਕੀਤੀ ਨਹੀਂ ਸੈਲਰੀ। ਇਹ ਲੋਕਾਂ ਨੂੰ ਯੂਨੀਅਨ ਜਿਹੜੀਆਂ ਨਾ ਇਹ ਲੋਕਾਂ ਨੂੰ ਗੁੰਮਰਾਹ ਕਰਦੀ ਆ ਸਾਰਿਆਂ ਨੂੰ ਅਖਬਾਰਾਂ 'ਚ ਵੀ ਸਾਡੀ 1/4 ਸੈਲਰੀ ਘੱਟਦੀ, ਕੋਈ ਸੈਲਰੀ ਨਹੀਂ ਇਹਨਾਂ ਦੀ ਕੱਟੀ ਗਈ, ਕੋਈ ਘੱਟ ਨਹੀਂ ਕੀਤੀ ਗਈ, ਨਾ ਕਟੌਤੀ ਕੀਤੀ ਗਈ ਆ। ਅਸੀਂ ਤੁਹਾਨੂੰ ਪਹਿਲਾਂ ਦੱਸਿਆ, ਸੈਕਟਰੀ ਸਾਹਿਬ ਨੇ ਵੀ ਤੁਹਾਨੂੰ ਸਮਝਾਇਆ ਵੀ 14000 ਟੀਚਰ ਟੋਟਲ ਸੀ ਸੈਲਰੀਆਂ 'ਚ, 6000 ਤੇ ਆ ਰਹਿਣੀ, 10300 ਤੇ ਪੱਕੀਆਂ ਹੋਣੀ, ਆਪਣੀ ਮਰਜ਼ੀ ਨਾਲ ਆ ਗਿਆ ਉਹਨਾਂ ਨੂੰ 15 ਨਹੀਂ ਦਿੱਤਾ ਗਿਆ, ਉਹ ਤਾਂ 10300 ਤੇ ਭੱਤੀ ਹੋ ਗਿਆ ਆਪਣੇ ਆਪ। ਪਿੱਛੇ ਅਸੀਂ ਜਿਹੜਾ 3500 ਟੀਚਰ ਰੱਖਿਆ ਉਹਦੇ 'ਚ 800 ਟੀਚਰ ਸਾਡੇ ਕਹਿਣ ਤੋਂ ਬਗੈਰ ਉੱਥੋਂ ਛੱਡ ਕੇ ਸੈਲਰੀਆਂ ਨੂੰ 800 ਪਹਿਲਾਂ ਭਰਤੀ ਹੋ ਗਿਆ ਸਾਡੇ ਕੋਲ ਅੱਜ ਤੋਂ 6 ਮਹੀਨੇ ਪਹਿਲਾਂ। ਸੋ ਅਸੀਂ ਉਹਨਾਂ ਨੂੰ ਕੰਪੈਲ ਕੀਤਾ ਸੀ ਵੀ ਤੁਸੀਂ ਉਦੋਂ ਛੱਡ ਕੇ ਆਓ, ਇਹਨਾਂ ਤੇ 15300 ਤੇ ਕੀਤਾ 6 ਮਹੀਨੇ ਬਾਅਦ, ਉਹ ਤਾਂ ਫਿਰ 10-300 ਤੇ ਆਏ। ਸੋ ਇਸ ਕਰਕੇ ਇਹ ਗੁੰਮਰਾਹ ਕਰ ਰਹੇ ਨੇ। ਅੱਜ ਮੈਂ ਉਹ ਗੱਲ ਨਹੀਂ ਕਰਨਾ ਚਾਹੁੰਦਾ ਵੀ ਜਿੱਥੇ ਕਿਸੇ ਨੂੰ ਕੋਈ ਠੇਸ ਪਹੁੰਚੇ, ਯੂਨੀਅਨ ਨੂੰ ਕੋਈ ਠੇਸ ਪਹੁੰਚੇ। ਸੋ ਗੱਲ ਇਹ ਯੂਨੀਅਨ ਜਿਹੜੀਆਂ ਨੇ ਉਹ ਕਿਉਂ ਰੌਲਾ ਪਾਉਂਦੀਆਂ ਨੇ, ਕਿਉਂ ਰੌਲਾ ਪਾਉਂਦੀਆਂ? ਸੋ ਇਸ ਕਰਕੇ ਮੈਂ ਅੱਜ ਵੀ ਕਹਿੰਦਾ ਇੱਕ ਮਿੰਟ ਦੱਸ, ਜੇ ਤੁਸੀਂ ਸਿਆਣੇ ਹੋਣਾ, ਜੇ ਤੁਹਾਨੂੰ ਸਿਆਣਿਆਂ ਨੂੰ ਜੇ ਸਮਝ ਨਹੀਂ ਲੱਗਦੀ ਫਿਰ ਤੁਸੀਂ ਕਹੀ ਜਾਂਦੇ ਹੋ ਜੀ ਉਹਨਾਂ ਦੇ ਸੈਕਟਰੀ ਸਾਹਿਬ ਗੁੰਮਰਾਹ ਕਰ, ਤੁਹਾਨੂੰ ਤਾਂ ਸਾਰਾ ਕੁਝ ਦੱਸਤਾ। ਹੁਣ ਤੁਸੀਂ ਆਪ ਸਮਝ ਲਓ, ਇਹ ਸਮਝੋ ਜੇ ਇਹਦੇ 'ਚ ਕੋਈ ਕਮੀ ਪੇਸ਼ੀ ਅਸੀਂ ਮੀਡੀਆ 'ਚ ਬਹਿ ਕੇ ਗੱਲ ਕਰ ਰਹੇ ਹਾਂ, ਫਿਰ ਜੇ ਤੁਹਾਨੂੰ ਵੀ ਨਹੀਂ ਸਮਝ ਲੱਗਦੀ ਤਾਂ ਫਿਰ ਕੌਣ ਲੋਕਾਂ ਨੂੰ ਪਤਾ ਅਧਿਕਾਰੀ ਛੱਡ ਨਹੀਂ ਰਹੇ? ਯੂਨੀਅਨ ਦੇ ਜਿਹੜੇ ਪਤਾ ਅਧਿਕਾਰੀ ਹੜਤਾਲ ਨੂੰ ਛੱਡ ਨਹੀਂ ਰਹੇ, ਜਗ੍ਹਾ ਜਗ੍ਹਾ ਜਿਹੜੀ ਹੈ ਹੜਤਾਲ ਹੁੰਦੀ ਜਾ ਰਹੀ ਹੈ, ਇੱਕੀ ਤਰੀਕ ਦੀ ਵੱਡੀ ਗੱਲ ਲੈ ਕੇ ਕੋਈ ਸਖਤ ਐਕਸ਼ਨ ਵੀ ਆਉਣਾ? ਤੁਸੀਂ ਇਹ ਗੱਲ ਸੁਣੋ, ਰਾਤੀ ਮੇਰੇ ਉੱਥੇ ਅੰਮ੍ਰਿਤਸਰ ਇਹਨਾਂ ਰਾਤ ਨੂੰ ਕੀਤੀ, ਰਾਤੀ ਆਇਆ ਜੀ ਜਗਰਾਤਾ ਕਰਨਾ, ਇਹਨਾਂ ਨੂੰ ਪੁੱਛੋ ਇਹਨਾਂ ਦੇ ਟੀਚਰ ਕਿੰਨੇ ਸੀਗੇ, ਮਗਰੋਂ ਉਹਨਾਂ ਪ੍ਰੈਸ ਵਾਲਿਆਂ ਪੁੱਛਿਆ ਜੀ ਅਜੇ ਕਿਸਾਨ ਜੁੜੀਆਂ ਜਾਂ ਜੋ ਬਜ਼ੁਰਗ ਉੱਥੇ ਇਕੱਠਾ ਕਰਕੇ ਉੱਥੇ ਲਾਏ ਉੱਥੇ। ਗੱਲ ਇਹ ਆ ਵੀ ਇਹਦੇ ਮਗਰ ਪਾਰਟੀਆਂ ਆ ਗਈਆਂ, ਇਹਦੇ ਮਗਰ ਪੋਲੀਟੀਕਲ ਪਾਰਟੀਆਂ ਆ ਗਈਆਂ। ਮੈਂ ਤਾਂ ਤੁਹਾਨੂੰ ਕਹਿ ਰਿਹਾ ਜਿਹੜੇ ਉਹ ਨਾਲ ਉੱਥੇ ਜਾ ਕੇ ਧਰਨੇ, ਤੁਹਾਨੂੰ ਵੀ ਪਤਾ ਕੌਣ ਬੈਠਾ ਉੱਥੇ ਧਰਨੇ ਜਾ ਕੇ, ਕਾਮਰੇਡਾਂ ਦੀ ਯੂਨੀਅਨ ਹੈ, ਕਾਮਰੇਡ ਨਾਲ ਉਹ ਆਪਣੀਆਂ ਦੂਜੀਆਂ ਯੂਨੀਅਨ। ਹੁਣ ਵੇਖੋ ਇਕੱਲੇ ਟੀਚਰ ਨਹੀਂ, ਇਹ ਦੂਜੀਆਂ ਯੂਨੀਅਨ ਨੂੰ ਨਾਲ ਲਾਈ, ਫਿਰ ਤਾਂ ਕਿੰਨੇ ਕੁ ਟੀਚਰ ਕਿੰਨੇ ਕੁ ਇਹਨਾਂ ਲਾਏ ਨੇ ਛੱਡ ਕੇ। ਤੁਸੀਂ ਸਾਡੇ ਸਕੂਲਾਂ 'ਚ ਜਾਓ, ਤੁਸੀਂ ਸਕੂਲਾਂ 'ਚ ਜਾਓ,
ਉੱਥੋਂ ਜਾ ਕੇ ਪਤਾ ਕਰੋ ਵੀ ਸਕੂਲ ਸਾਡੇ ਚੱਲ ਰਹੇ ਕਿ ਨਹੀਂ ਚੱਲ ਰਹੇ, ਆਪੇ ਤੁਹਾਨੂੰ ਸਾਰਾ ਕੁਛ ਸੀਐਮ ਦਾ ਪਤਾ ਲੱਗ ਜਾਊਗਾ। ਸੀਐਮ ਸੇ ਵੀ ਹੁਸ਼ਿਆਰਪੁਰ ਦੇ ਜੋ ਟੀਚਰ ਨੇ ਅੱਜ ਪ੍ਰਦਰਸ਼ਨ ਕੀਤਾ, ਉਹਨਾਂ ਨੇ ਵੀ ਇਹੀ ਐਲੀਗੇਸ਼ਨ ਲਗਾਈ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਜੋ ਹੈ ਉਹਨਾਂ ਨੇ ਗਲਤ ਆਂਕੜੇ ਜੋ ਦਿਏ ਹੈ ਉਸਕੀ ਵਜ੍ਹਾ ਸੇ ਉਹਨਾਂ ਨਿਲੰਬਨ ਹੋ ਗਏ। ਇਸ ਤਰ੍ਹਾਂ ਦਾ ਕਿਆ ਗੱਲ ਸੁਣੋ ਮੇਰੀ, ਮੈਂ ਤੁਹਾਨੂੰ ਫਿਰ ਉਹ ਗੱਲ ਕਰੀ ਜਾਂਦਾ, ਜੇ ਕੋਈ ਸਸਪੈਂਡ ਹੋਇਆ ਗਲਤ ਦੀ ਉਹਨੇ ਲਿਖ ਕੇ ਸਾਨੂੰ ਭੇਜਿਆ, ਅਸੀਂ ਵੇਖ ਲੈਂਦੇ ਹਾਂ ਜਿਹੜੇ ਟੀਚਰ ਸਾਡੇ ਸਕੂਲਾਂ 'ਚ ਨਹੀਂ, ਜਿਹੜੇ ਬੱਚਿਆਂ ਦਾ ਨੁਕਸਾਨ ਕਰਦੇ ਨੇ, ਜਿਹੜਾ ਵਰਕਿੰਗ ਡੇ ਵਾਲੇ ਦਿਨ ਜਿਹੜਾ ਟੀਚਰ ਬੱਚਿਆਂ ਨੂੰ ਛੱਡ ਕੇ ਉਹ ਧਰਨਿਆਂ 'ਚ ਜਾ ਕੇ ਬੈਠੇ, ਕੀ ਗੱਲ ਉਹਦੇ 'ਚ ਅਸੀਂ ਐਕਸ਼ਨ ਨਹੀਂ ਲੈ ਸਕਦੇ? ਉਹਦਾ ਐਕਸ਼ਨ ਜ਼ਰੂਰ ਲਾਂਗੇ, ਬਾਕੀ ਅਸੀਂ ਨਹੀਂ ਚਾਹੁੰਦੇ। ਹਾਂ ਛੁੱਟੀ ਵਾਲੇ ਦਿਨ ਧਰਨਾ ਦੇ ਦੇਣ, ਸਕੂਲ ਦੇ ਟਾਈਮ ਤੋਂ ਬਾਅਦ ਧਰਨਾ ਦੇ ਦੇਣ, ਡੈਮੋਕਰੇਸੀ ਆ, ਹਰ ਇੱਕ ਦਾ ਰਾਈਟ ਬਣਦਾ, ਅਸੀਂ ਕਿਸੇ ਨੂੰ ਰੋਕਦੇ ਨਹੀਂ। ਅਸੀਂ ਤਾਂ ਇਹਨਾਂ ਨੂੰ ਕੋਈ ਸਖਤੀ ਨਹੀਂ ਕੀਤੀ। ਲੋਕ ਵੇਖੋ, ਲੋਕ ਕਈ ਹੁਣ ਵੇਖੋ ਮੇਰੇ ਘਰ ਆਉਣਾ ਆਲਾ ਦੁਆਲਾ ਲੋਕ ਰਹਿੰਦੇ, ਲੋਕਾਂ ਦਾ ਕੀ ਕਸੂਰ? ਲੋਕਾਂ ਦੇ ਬੱਚਿਆਂ ਨੇ ਖਿਲਾਫ ਤਾਂ ਕਾਰਵਾਈ ਕਰ ਦਿੱਤੀ, ਲੇਕਿਨ ਇੱਕ ਵੀਡੀਓ ਆਈ ਸੀ ਐਜੂਕੇਸ਼ਨ ਬੋਰਡ ਦੇ ਵਿੱਚ, ਤੁਸੀਂ ਵੀ ਸ਼ਾਇਦ ਦੇਖੀ ਹੋਵੇ ਕਿ ਅਧਿਕਾਰੀ ਜਿਹੜੇ ਸੀ ਉਹ ਡਾਂਸ ਪਾਰਟੀ ਕਰ ਰਹੇ ਸੀ ਉੱਥੇ। ਉਹ ਬੋਰਡ ਦੇ ਮੁਲਾਜ਼ਮ ਹੈ ਜੀ, ਐਜੂਕੇਸ਼ਨ ਡਿਪਾਰਟਮੈਂਟ ਕੋਈ ਨਹੀਂ ਹੈ, ਬੋਰਡ ਵੀ ਸਾਡਾ ਹੈ। ਇੱਕ ਮਿੰਟ ਦੇਖੋ, ਸੈਕਟਰੀ ਸਾਹਿਬ ਇੱਕ ਸੈਪਰੇਟ ਅਦਾਰਾ, ਇਹ ਐਜੂਕੇਸ਼ਨ ਡਿਪਾਰਟਮੈਂਟ ਦੇ ਸੈਕਟਰੀ ਨੇ, ਉੱਥੇ ਸਾਡਾ ਚੇਅਰਮੈਨ ਦੇਖਦਾ ਸਰ। ਬੋਰਡ ਜਿਹੜਾ ਹੈ ਉਹਨੂੰ ਇੰਡੀਪੈਂਡੈਂਟ ਅਧਿਕਾਰ ਆਪਣੇ ਆ ਗਏ, ਉੱਥੇ ਚੇਅਰਮੈਨ ਬੈਠਦਾ, ਮੈਂਬਰ ਨੇ ਸਾਡੇ ਐਜੂਕੇਸ਼ਨ ਬੋਰਡ ਦੇ, ਉਹ ਉੱਥੇ ਉਹਨਾਂ ਦਾ ਆਪਣਾ ਹਾਊਸ ਹੈ, ਆਪ ਉੱਥੇ ਬੋਰਡ ਦੀ ਮੀਟਿੰਗ ਹੁੰਦੀ ਆ, ਬੋਰਡ ਲੈਵਲ ਦੇ ਫੈਸਲੇ ਆਪ ਲਈ ਕਰਦੇ ਨੇ। ਹੁਣ ਜੇ ਕੋਈ ਉੱਥੇ ਫੰਕਸ਼ਨ ਹੁੰਦਾ, ਕੋਈ ਖੁਸ਼ੀ ਮਨਾਉਂਦਾ, ਕੋਈ ਖੁਸ਼ੀ ਵਾਲਾ ਫੰਕਸ਼ਨ ਹੁੰਦਾ, ਤਾਂ ਫਿਰ ਮਾੜਾ ਮੋਟਾ ਜੇ ਕੋਈ ਇਹੋ ਜਿਹਾ ਕੰਮ ਹੋ ਵੀ ਜਾਵੇ, ਹੁਣ ਤੁਸੀਂ ਉਹ ਇੱਥੇ ਕੋਈ ਖੁਸ਼ੀ ਕਰਨੀ ਹੋਵੇ ਸਾਰੇ ਮੀਡੀਆ ਵਾਲੇ ਨੇ, ਤਾਂ ਮੈਨੂੰ ਉਮੀਦ ਹੈ ਤੁਸੀਂ ਵੀ ਇਹੋ ਕੰਮ ਕਰੋਗੇ। ਸੋ ਅਸੀਂ ਫਿਰ ਵੀ ਵੇਖ ਰਹੇ ਹਾਂ ਜਿਹੜਾ ਵਰਕਿੰਗ ਡੇ ਆ, ਵਰਕਿੰਗ ਡੇ ਵਾਲੇ ਦਿਨ ਕੋਈ ਵੀ ਇਹੋ ਜਿਹਾ ਕੰਮ ਨਾ ਹੋਵੇ, ਛੁੱਟੀ ਤੋਂ ਬਾਅਦ ਜਦੋਂ ਛੁੱਟੀ ਹੋਵੇ ਜੋ ਮਰਜ਼ੀ ਉਹ ਕਰੇ। ਹੁਣ ਹਰ ਬੰਦੇ ਨੂੰ ਦੇਖੋ, ਹੁਣ ਕਿਸੇ ਨੂੰ ਸਾਡੀ ਡੈਮੋਕਰੇਸੀ ਕਿੱਡੀ ਸਟਰੋਂਗ ਹੈ, ਕਿੱਡਾ ਲੋਕਤੰਤਰ ਸਾਰੇ ਵਰਲਡ 'ਚ ਸਾਡਾ ਸਾਰਿਆਂ ਤਕੜਾ ਜਿਹੜਾ ਲੋਕਤੰਤਰ ਜਿਹੜਾ ਸਾਡਾ ਮੁਲਕ ਹੈ ਹਿੰਦੁਸਤਾਨ, ਡੈਮੋਕਰੇਸੀ ਹਰ ਇੱਕ ਨੂੰ ਅਧਿਕਾਰ ਹੈ। ਹੁਣ ਸੜਕਾਂ 'ਤੇ ਭੰਗੜੇ ਪਾਈ ਜਾਂਦੇ ਨੇ, ਨਵੇਂ ਸਾਲ ਵਾਲੇ ਦਿਨ ਕੋਈ ਰੋਕ ਲਏਗਾ? ਉਹ ਤਾਂ ਕੋਈ ਬੈਠਕ, ਕੋਈ ਰੋਕ ਲਏਗਾ? ਕੋਈ ਪ੍ਰੋਗਰਾਮ ਚੱਲ ਰਿਹਾ, ਕੋਈ ਮੀਟਿੰਗ ਸੀ? ਨਹੀਂ, ਮੈਂ ਬਤਾਤਾ, ਲੈਟ ਮੀ ਐਕਸਪਲੇਨ। ਇਹ ਬੋਰਡ ਕਾ ਪ੍ਰੋਗਰਾਮ ਥਾ ਟੋਟਲੀ, ਔਰ ਐਨ ਸੀ ਆਰ ਟੀ ਨੇ ਜੋ ਮੁਝੇ ਬਤਾਇਆ ਗਿਆ, ਉਹ ਐਨ ਸੀ ਆਰ ਟੀ ਨੇ ਕੋਈ ਮਤਲਬ ਮੋਟੀਵੇਸ਼ਨਲ ਟ੍ਰੇਨਿੰਗ ਉਹ ਕਰਾਉਣ ਲਈ ਬੋਰਡ ਮੈਂ ਆਏ ਤੇ ਸਭੀ ਸਟੇਟੋ ਮੈਂ ਜਾ ਰਹੇ ਹੈ, ਔਰ ਵਹਾਂ ਪੇ ਉਨਕੀ ਇੱਕ ਐਕਟੀਵਿਟੀ ਹੈ ਇਹ ਕਿ ਆਪਣਾ ਕੋਈ ਲੋਕਲ ਕੋਈ ਮਿਊਜ਼ਿਕ ਜਾਂ ਲੋਕਲ ਕੋਈ ਵੀ ਆਪਕੇ ਜੋ ਕੋਈ ਵੀ ਐਸੀ ਐਕਟੀਵਿਟੀ, ਕਲਚਰਲ ਐਕਟੀਵਿਟੀ ਆਪ ਕਰ ਸਕਦੇ ਹੈ। ਇਸ ਪਾਰਟ ਆਫ ਦੇਅਰ ਮੋਟੀਵੇਸ਼ਨਲ ਐਕਸਰਸਾਈਜ਼ ਜਾਂ ਆਪਣੀ ਉਸਕੀ ਟ੍ਰੇਨਿੰਗ, ਉਸਕਾ ਪਾਰਟ ਹੈ, ਉਸਕਾ ਕਰਾਇਆ, ਐਜੂਕੇਸ਼ਨ ਡਿਪਾਰਟਮੈਂਟ ਕੋ ਉਸਕੀ ਸੂਚਨਾ ਵੀ ਨਹੀਂ। ਬਟ ਐਨੀ ਵੇ ਇਹ ਜੋ ਕੁਛ ਜਿਹੜੇ ਲੋਕਾਂ ਨੇ ਜੋ ਅਨਸਕਰੂਪਲਸ ਐਲੀਮੈਂਟਸ ਨੇ, ਦੀ ਵੇ ਇਟ ਹੈਜ਼ ਬੀਨ ਪ੍ਰੈਜੈਂਟਿਡ ਇਨ ਏ ਵੈਰੀ ਬੈਡ ਮੈਨਰ, ਉਹਦੇ ਬਾਰੇ ਵੀ ਮੰਤਰੀ ਜੀ ਨੇ ਆਰਡਰ ਕੀਤੇ ਹੈ। ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਚਿੱਠੀ ਲਿਖੀ ਗਈ ਹੈ ਵਿਭਾਗ ਵੱਲੋਂ, ਇਹਦੀ ਪੂਰੀ ਰਿਪੋਰਟ ਮੰਗੀ ਗਈ ਹੈ, ਉਹਦੇ ਵਿੱਚ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਹੈ ਕਿ ਸੈਕਟਰੀ ਬੋਰਡ ਤੋਂ ਜੋ ਕਿ ਪ੍ਰਸ਼ਾਂਤ ਜੀ ਹੈ ਬੈਠੇ ਇੱਥੇ, ਇਹਨਾਂ ਨੇ ਇਹਨਾਂ ਦੇ ਰਾਹੀਂ ਇਨਕੁਆਇਰੀ ਕਰਾਉਣੀ ਹੈ। ਜੋ ਵੀ ਜ਼ਿੰਮੇਵਾਰ ਹੋਊਗਾ, ਜੇ ਕੋਈ ਗਲਤ ਹੋਇਆ ਉਹਦੇ ਸਿਸਟਮ ਤੋਂ ਬਾਹਰ ਜਾ ਕੇ ਜੇ ਕਿਸੇ ਨੇ ਕੀਤਾ, ਤਾਂ ਇਨਕੁਆਇਰੀ ਉਹਦੀ ਐਕਸ਼ਨ ਹੋ ਜਾਏਗਾ। ਮੰਤਰੀ ਸਾਹਿਬ, 5,178 ਟੀਚਰਾਂ ਦੇ ਮਾਮਲੇ 'ਚ ਕੀ ਹੈ? ਅਸੀਂ ਪੱਕਿਆ ਕਰ ਰਹੇ ਜੀ, ਜਲਦੀ ਕਰ ਰਹੇ, ਫੈਸਲਾ ਕਰ ਲਿਆ ਸਰਕਾਰ ਨੇ, ਉਹਨਾਂ ਨੂੰ ਅਸੀਂ 2019 'ਚ ਸਾਰਿਆਂ ਨੂੰ ਪੱਕਿਆ ਹੁਣ ਕਰਦੇ ਨੇ, ਜਿਹੜਾ ਉਹਨਾਂ ਦਾ ਫੁੱਲ ਸੈਲਰੀ ਹੈ ਜਿਹੜੀ ਉਹਨਾਂ ਨੂੰ ਅਸੀਂ ਪ੍ਰਾਇਰ ਚ ਦੇ ਰਹੇ ਹਾਂ। ਇਹ ਪੂਰੀ ਪੈਂਡਿੰਗ ਜਿਹੜੀ ਵਾਪਈ ਉਹ ਤੋਂ ਕੇ ਬਕਾਇਆ ਬਸ, ਜਿੰਨੇ ਵੀ ਉਹਨਾਂ ਦੇ ਟੀਚਰ ਜਿਹੜੇ ਨੇ ਉਹ ਜ਼ਿਆਦਾ ਟੀਚਰ ਨਹੀਂ, 2,250 ਟੀਚਰ ਹੈ, ਉਹਨਾਂ ਦਾ ਅਸੀਂ ਫੈਸਲਾ ਕਰ ਲਿਆ 2,00,000 ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਗਏ, ਫਿਰ ਵੀ ਅਸੀਂ ਕਰ ਰਹੇ ਵੀ ਟੀਚਰਾਂ ਦਾ, ਜੇ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਦੇਣੀ ਹੈ, ਚੰਗੀ ਕੁਆਲਿਟੀ ਐਜੂਕੇਸ਼ਨ ਦੇਣੀ ਹੈ, ਫਿਰ ਸਾਨੂੰ ਇਸ ਡਿਪਾਰਟਮੈਂਟ ਦਾ ਸੋਚਣਾ ਪਊਗਾ। ਅਸੀਂ ਸੋਚ ਰਹੇ ਹਾਂ, ਅਸੀਂ ਸਾਰਾ ਕੁਝ ਕਰ ਰਹੇ ਹਾਂ, ਇਹਨਾਂ ਨੂੰ ਆਲਰੇਡੀ ਅਸੀਂ ਫੈਸਲਾ ਕਰ ਲਿਆ, ਉਹਨਾਂ ਨੂੰ ਪੱਕਿਆ ਜਿਹੜਾ ਉਹਨਾਂ ਨੂੰ ਅਸੀਂ 2 ਅਪ੍ਰੈਲ 2019 ਉਹ ਪੱਕੇ ਸਰ, ਉਹਨਾਂ ਨੂੰ 10 ਮਹੀਨੇ ਹੋ ਗਏ ਉਡੀਕਦਿਆਂ ਨੂੰ, ਵੈਸੇ ਉਹਨਾਂ ਦੇ ਕੰਟਰੈਕਟ 'ਚ ਲਿਖਿਆ ਜੋ ਅਸੀਂ ਫੈਸਲਾ ਕਰ ਲਿਆ ਹੋ ਗਿਆ। ਦੇਖੋ ਜਿਹੜਾ ਥੋੜ੍ਹਾ ਬਹੁਤਾ ਟਾਈਮ ਲੱਗਦਾ, ਹਰ ਚੀਜ਼ ਨੂੰ ਟਾਈਮ ਲੱਗਦਾ, ਸਾਰਾ ਕੁਝ ਵੇਖਣਾ ਪੈਂਦਾ, ਉਹਦੇ ਨਾਲ ਸਾਨੂੰ 110 ਕਰੋੜ ਦਾ ਸਾਲ ਦਾ ਫਰਕ ਪੈਣਾ 2,200 ਟੀਚਰ ਨੂੰ। ਸੋ 110 ਕਰੋੜ ਰੁਪਈਆ ਜਿਹੜਾ ਉਹਨਾਂ ਨੂੰ ਅਸੀਂ ਉਹਨੂੰ ਜ਼ਿਆਦਾ ਦੇਣ ਜਾ ਰਹੇ ਹਾਂ। ਅਸੀਂ ਅਪ੍ਰੈਲ 'ਚ
चौथे महीने जिहड़ा सी ओह फैसला जिहड़ा ओह इहनां नूं कर लिया आ रहा नहीं कर रहा प्रयास पसी चालू कर रहे जी इहनां दा मंत्री साहब काफी दिनों तो जो टीचर धरने से बैठे हो उड़ीक कर रहे कि कदों मंत्री साहब उन्होंने को आके गल करन कि तुसी जाओगे उन्होंने को गल करन क्योंकि बार बार ये इल्जाम लग रहे हैं कि तुसी कह रहे हो कि उन्होंने गुमराह किया जा रहा है वो कह रहे कि तुहानू गुमराह किया जा रहा है विच दा रस्ता कट मेरी गल सुन अगे यूनियन आंदे रहे ना मेरे ना पहले बैठ जान बैठ चल के कह भी असं फैसला करके गए भी नहीं करते पांच हजार रुपया टीचर वध किने कहते सरकार ने ਇਹ ਮੈਂ ਤਾਂ ਗੱਲ ਕਰ ਰਿਹਾ ਤਿੰਨ ਮੀਟਿੰਗਾਂ 'ਚ 10,000 to 15,000 ਕਿੰਨੇ ਕਰਾਇਆ ਇੱਥੇ ਯੂਨੀਅਨ ਨੇ ਕਰਾਇਆ ਇੱਥੇ ਟੇਬਲ 'ਤੇ ਕਰਵਾਇਆ ਉਹੀ ਮੈਂ ਕੈਬਨਿਟ 'ਚ ਪੌਣਾ ਘੰਟਾ ਲਾ ਕੇ ਸਾਰਿਆਂ ਨੂੰ ਕਿਹਾ ਵੀ ਨਹੀਂ ਇਹ 10 ਸਾਲ ਤੋਂ ਲੱਗੇ 5,000 ਤੇ ਇਸ ਤਰ੍ਹਾਂ ਇਹਨਾਂ ਦਾ ਵਧਾਓ ਸਾਰੀ ਕੈਬਨਿਟ ਮੇਰੇ ਨਾਲ ਸਹਿਮਤ ਹੋਈ CM ਸਾਹਿਬ ਸਹਿਮਤ ਸਨ ਵੀ ਚਲੋ 10 ਸਾਲ ਦੇ ਇਹਨੂੰ 5,000 ਹੋਰ ਦੇ ਦਿਓ ਜਿਹੜੇ ਇਹਨਾਂ 6,000 ਆਏ ਨੇ ਆਪਣੇ ਆਪ ਆਏ ਨੇ ਉਹ ਤਾਂ ਫਿਰ 10,300 ਦੇ ਆ ਗਏ ਅਸੀਂ ਤਾਂ ਫਿਰ 15,300 ਇਹਨਾਂ ਨਾਲ ਕੈਪਟਨ ਨੇ ਕੈਪਟਨ ਸਾਹਿਬ ਨੇ ਕਰਤਾ ਇਹਨਾਂ ਦਾ ਸੋ ਗੱਲ ਹੈ ਮੇਰੇ ਨਾਲ ਆ ਕੇ ਗੱਲ ਕਰ ਲੈਣ ਜੇ ਮੈਨੂੰ ਕਹਿ ਦੇਣ ਵੀ ਮੇਰੇ 'ਚ ਇੰਨਾ ਵੀ ਮੈਂ ਕੋਈ ਗਲਤ ਕਹਿੰਦਾ ਵਾਂ ਤਾਂ ਫਿਰ ਮੈਂ ਸਾਰਾ ਕੁਛ ਛੱਡ ਦਿੰਦਾ ਇਹ ਹੁਣ ਪੋਲੀਟੀਕਲ ਬਣਾ ਕੇ ਕੋਈ ਪੋਲੀਟੀਕਲ ਮਿਲ ਇਹਨਾਂ ਤੋਂ ਕੋਈ ਪਾਰਟੀ ਲੈਣਾ ਚਾਹੁੰਦੇ ਉਹ ਮੈਂ ਨਹੀਂ ਕਹਿ ਸਕਦਾ ਸੋ ਇਹਨਾਂ ਨੂੰ ਯੂਨੀਅਨ ਨੂੰ ਜਿਹੜੇ ਸਾਂਝਾ ਮੋਰਚਾ ਯੂਨੀਅਨ ਨੇ ਇਹਨਾਂ ਨੇ ਕਿਹਾ ਕਿ ਅਸੀਂ 5 ਯੂਨੀਅਨ 'ਚ ਇੱਕ ਯੂਨੀਅਨ ਬਣਾਈ ਹੈ ਸਾਂਝਾ ਮੋਰਚਾ ਸੋ ਸਾਰੇ ਇਹਨਾਂ ਦੀ ਯੂਨੀਅਨ ਦੇ ਪ੍ਰਧਾਨ ਇੱਥੇ ਬੈਠ ਕੇ ਇਸੇ ਟੇਬਲ 'ਤੇ ਬੈਠ ਕੇ ਇਹ ਤੋਂ 15-20 ਦਿਨ ਪਹਿਲਾਂ ਮੇਰੇ ਨਾਲ ਫੈਸਲਾ ਕਰਕੇ ਗਏ ਵੀ ਚਲੋ ਸਾਨੂੰ 5,000 ਨਾਲ ਦਵਾ ਦਿਓ ਅਤੇ ਅਸੀਂ ਬੜੇ ਖੁਸ਼ ਰਹਾਂਗੇ ਕੋਈ ਇਹਦਾ ਸਰ ਇਹ ਹੱਲ ਨਹੀਂ ਹੋ ਸਕਦਾ ਵੀ ਜਿੰਨੇ ਕੇਂਦਰ ਸਰਕਾਰ ਦੇ ਰਹੀ ਹੈ ਪੈਸੇ ਉਹਨੇ ਪੰਜਾਬ ਸਰਕਾਰ ਆਪਣੇ ਕੋਲੋਂ ਪਾ ਦੇ ਕਿਤਨਾ ਕਿਤੇ ਇਹਦਾ ਹੱਲ ਨਿਕਲ ਸਕਦਾ ਕਿਉਂਕਿ 10 ਸਾਲ ਤਾਂ ਹੋ ਗਏ ਜੀ ਉਹਨਾਂ ਨਹੀਂ ਉਹਨਾਂ ਸਰਕਾਰ ਆਪਦਾ ਪੰਜਾਬ ਪਾ ਦੇਵੇ ਨਹੀਂ ਜਿੰਨਾ ਕੇਂਦਰ ਦਿੰਦੀ ਉਹਨੂੰ ਪੰਜਾਬ ਪਾ ਦੇਵੇ ਮੇਰੀ ਗੱਲ ਸੁਣ 9,000 ਜੇ ਸਰਕਾਰ ਦੇ ਰਹੀ ਹੈ 9,000 ਜੋ ਦੇ ਰਹੀ ਹੈ ਤੇ ਜੇ ਅਸੀਂ ਤੁਸੀਂ ਆਂਦੇ ਉਹਨਾਂ ਪਾ ਦਿਓ ਤਾਂ 18 ਹੀ ਹੋ ਜਾਏਗਾ ਹਾਂ ਚਲੋ ਕਿਤਨੇ ਇੱਕ ਮਿੰਟ ਅਸੀਂ 15,300 ਕਰਤਾ ਇਹਨਾਂ ਨੂੰ ਆਲਰੇਡੀ ਅਸੀਂ ਦੇਤਾ ਜੇ ਹੁਣ ਭਾਰਤ ਸਰਕਾਰ ਨੇ ਹੋਰ ਸਾਲ ਨੂੰ ਹੱਥ ਚੁੱਕ ਲੈਣਾ ਇਹ ਤੇ ਹੁਣ ਪਰਮਾਨੈਂਟ ਸਾਡੇ ਇੰਪਲਾਈ ਬਣ ਗਏ ਇਹਨਾਂ ਨੂੰ ਹੁਣ ਕੀ ਚਾਹੀਦਾ ਇਹਨਾਂ ਨੂੰ ਤਾਂ 2.5 ਸਾਲਾਂ ਬਾਅਦ ਫੁੱਲ ਸੈਲਰੀ ਮਿਲਣ ਲੱਗ ਪੈਣੀ ਆ ਪਰ ਹਰ ਘਰ ਰੋਜ਼ਗਾਰ ਤਾਂ ਦੇਣਾ ਹੀ ਆ 18,000 ਦੀ ਗੱਲ ਕਰਦੇ ਹੋ ਇਹਨਾਂ ਕੋਲ ਤਾਂ ਅੱਜ ਅਸੀਂ 18,000 ਦੇ ਦਿੰਦੇ ਸਾਰੀ ਉਮਰ ਆਪਣਾ ਜਿੰਨਾ ਚਿਰ ਰਿਟਾਇਰ ਨਹੀਂ ਹੁੰਦੇ 18,000-20,000 ਤੇ ਕੰਮ ਕਰੀਏ ਅਸੀਂ ਫਿਰ ਦੇ ਦਿੱਤੇ ਆ ਤੁਸੀਂ ਸਾਡੀ ਗੱਲ ਨਹੀਂ ਸਮਝਦੇ ਅਸੀਂ ਕਹਿ ਰਹੇ ਹਾਂ ਵੀ ਇਹਨਾਂ ਨੂੰ ਅਸੀਂ ਫੁੱਲ ਸੈਲਰੀ ਤਾਂ ਰੱਖ ਲਿਆ ਹੁਣ ਜੋ ਸਾਨੂੰ ਰੂਲਸ ਜਿਹੜੇ ਨੇ ਉਹ ਲਾਓ ਹੀ ਨਹੀਂ ਕਰਦੇ ਵੀ ਅਸੀਂ ਜਿਹੜਾ ਇਹਨਾਂ ਨੂੰ 9,000 ਦੇ ਦਈਏ 10,000 ਦੇ ਦਈਏ ਜੇ ਪਰਮਾਨੈਂਟ ਹੋਇਆ ਉਹ ਸਿਸਟਮ ਹੈ ਉਹ ਨਹੀਂ ਉਹ ਇੰਨਾ ਕਹਿ ਰਿਹਾ ਕਿ ਤੱਕਾ ਇਹ ਹੈ ਕਿ 10 ਸਾਲ ਕੰਮ ਕਰਦੇ ਨੇ ਉਹ ਫਿਰ ਪ੍ਰੋਬੇਸ਼ਨ ਪੀਰੀਅਡ ਕਿਉਂ 3 ਸਾਲ ਫਿਰ ਹੋ ਜਾਂਦਾ ਮੇਰੀ ਗੱਲ ਨਹੀਂ ਜਿਹੜੇ 10 ਸਾਲ ਕੰਮ ਜਿਹੜਾ 6,000 ਛੱਡ ਕੇ ਪਹਿਲਾਂ ਆਇਆ ਉਹ ਵੀ 10 ਸਾਲ ਹੋ ਗਏ ਨਾ ਉਹਨਾਂ ਨੂੰ ਤੁਸੀਂ ਕਿਸੇ ਬੰਦੇ ਦੇ ਯਾਰ ਸਮਝੋ ਗੱਲ ਸਾਡੀ ਨੂੰ ਵੀ ਸਾਨੂੰ ਜੇ ਇਹਦਾ ਪਰਮਾਨੈਂਟ ਹੋਣਾ ਹੈ ਫਿਰ ਇਹੋ ਹੀ ਕਾਨੂੰਨ ਜਿਹੜਾ ਹੈ ਉਹਨੂੰ ਫਾਲੋ ਕਰਨਾ ਪਊਗਾ ਇਹਨਾਂ ਨੂੰ ਜੇ ਨਹੀਂ ਤੇ 18 ਤੋਂ ਲੈਣਾ ਨਾ ਫਿਰ 42 ਰਹੀ ਗਿਆ ਸਰਕਾਰ ਦੇ ਇੰਪਲਾਈ ਬਣਾ ਰਹੇ ਐਜੂਕੇਸ਼ਨ ਡਿਪਾਰਟਮੈਂਟ ਦੇ ਯਾਰ ਤੁਸੀਂ ਵੀ ਹੋ ਤੁਸੀਂ ਤਾਂ ਗੱਲ ਸਮਝ ਲਈ ਸਾਰੇ ਨੇ ਸਰ ਪੀਸੀ ਅਫਸਰ ਆਂਦਾ ਜੀ ਉਹਨੇ ਵੀ 15,000 ਜਿੰਨੇ ਵੀ ਆਉਣਾ ਬੇਸਿਕ ਦੇ ਆਉਣਾ ਭਾਵੇਂ ਕੋਈ PCS ਹੁੰਦਾ ਪੰਜਾਬ 'ਚ ਜੇ ਸਭ ਤੋਂ ਵੱਡੀ ਕੋਈ ਪੋਸਟ ਹੈਗੀ ਸਟੇਟਾਂ ਦੀ PCS ਦੀ ਹੈ ਨਾ PCS ਦੀ ਹੈ ਨਾ ਜੇ ਉਹ 15,000 ਤੇ ਆ ਕੇ 3 ਸਾਲ ਕੰਮ ਕਰ ਸਕਦੇ ਤੇ ਇੱਕ ਵਾਰੀ 3 ਸਾਲ ਕਰ ਸਕਦੇ 2.5 ਸਾਲ ਜੇ ਇਹਨਾਂ ਸਰਕਾਰ ਦਾ ਇੰਪਲਾਈ ਬਣਨਾ ਐਜੂਕੇਸ਼ਨ ਡਿਪਾਰਟਮੈਂਟ ਦਾ ਫਿਰ ਇਹ ਕਿਉਂ ਨਹੀਂ ਕਰ ਸਕਦੇ ਇਹਨਾਂ ਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਸਰਕਾਰ ਦਾ ਕਿ ਐਡੀ ਵੱਡੀ ਫੌਜ ਜਿਹੜੀ ਆ 9,000 ਟੀਚਰ ਅਸੀਂ ਆਪ ਸਰਕਾਰ ਨੇ ਲੈ ਲਿਆ ਵੀ ਇਹ ਵਿਚਾਰੇ ਬੇਰੁਜ਼ਗਾਰ ਨੇ ਦੂਜਾ ਜਿਹੜੀ ਇਹ ਗੱਲ ਕਰ ਰਹੇ ਨੇ ਮੈਂ ਸਮਝਦਾ ਇਸ ਤੋਂ ਵੱਡਾ ਫੈਸਲਾ ਕੋਈ ਹੋ ਨਹੀਂ ਸੀ ਸਕਦਾ ਫਿਰ ਇਹਨਾਂ ਦੀ ਸਲਾਹ ਨਾ ਕੀਤਾ ਫਿਰ ਇਹਨਾਂ ਨੂੰ ਜੋ ਇਹਨਾਂ ਕਿਹਾ ਯੂਨੀਅਨ ਨੇ ਇਹਨਾਂ ਨੂੰ ਪੁੱਛ ਕੇ ਦਿੱਤਾ ਫਿਰ ਜਾ ਕੇ ਹੁਣ ਧਰਨਿਆਂ 'ਤੇ ਬਹਿਣ ਜਾਂ ਇਹਨਾਂ ਨੂੰ ਗੁਰਾਹ ਕਰਨ ਇਹਨਾਂ ਦੇ ਘਰਾਂ 'ਚ ਜਾ ਵੀ ਨਾ ਜਹਿਣ ਨਾ ਕਰਿਓ ਜੀ ਤੁਸੀਂ ਜਾਇਓ ਨਾ ਜੀ ਤੁਹਾਨੂੰ ਫੁੱਲ ਛੱਡ ਦਿੰਦੇ ਸੁਣੀ ਸਾਹਿਬ 8,800 ਟੀਚਰਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਹੁਣ ਤੁਸੀਂ ਪ੍ਰੋਵਿਸ਼ਨ ਦੇ ਰੱਖ ਕੇ ਪੱਕੇ ਕਰ ਰਹੇ ਹੋ ਸਰਕਾਰੀ ਨੌਕਰੀ ਦੇ ਰਹੇ ਹੋ ਤੁਸੀਂ ਕਹਿ ਰਹੇ ਹੋ ਇੱਕ
ਭਾਰ ਜਿਹੜਾ ਖਜ਼ਾਨੇ ਤੇ ਪਿਆ ਸਰਕਾਰੀ ਤੇ 400 ਕਰੋੜ ਰੁਪਈਆ ਸਾਲ ਦਾ ਹਾਂਜੀ 400 ਕਰੋੜ ਦੇਣਾ ਪਏਗਾ ਤੁਹਾਡੇ ਮੁਤਾਬਕ ਫਿਰ ਜਿਹੜਾ ਸਰ ਤੁਸੀਂ ਹੁਣ 8886 ਵਿੱਚ ਖਿੱਚੋ ਤਾਂ ਇੰਨੀ ਹੈ ਹਰ ਘਰ ਨੌਕਰੀ ਦਾ ਵਾਅਦਾ ਕਿਵੇਂ ਪੂਰਾ ਕਰੋਗੇ ਤੁਸੀਂ ਹੁਣ ਅੱਜ ਜਿਹੜਾ ਨਾ ਇਸੇ ਮਸਲੇ ਦੀ ਆਪਾਂ ਰਹੀਏ ਹੁਣ ਗੱਲਾਂ ਤੇ ਫਿਰ ਪ੍ਰੈਸ ਕਾਨਫਰੰਸ ਸਾਰੀ ਰਾਤ ਹੀ ਚੱਲਦੀ ਰਹੂਗੀ ਇਸ ਕਰਕੇ ਮੈਨੂੰ ਜਾਂਚ ਦੀ ਲੋੜ ਹੈ ਸਾਡੇ ਵਾਸਤੇ ਬਣੀ 2 ਮਿੰਟ ਸਾਰੇ 2 ਮਿੰਟ ਸਾਰੇ